ਅੱਲਾ ਰੱਖਿਆ ਏ ਇਸ਼ਕ ਦੀ ਸੂਲੀ ਤੂੰ ਮਸੈਂ ਯਾਰ ਬਚਾਇਆ ਗਾਟਾ ਏ ਸ਼ਾਹ ਜੀ ਅੱਲਾ ਰੱਖਿਆ ਏ ਇਸ਼ਕ ਦੀ ਸੂਲੀ ਤੂੰ ਮਸੈਂ ਯਾਰ ਬਚਾਇਆ ਗਾਟਾ ਏ ਕਈ ਵਾਰ ਜ਼ੁਲੇਖਾ ਜੱਟ ਕੀ ਤਿੰਨ ਸਾਡਾ ਕਈ ਵਾਰੀ ਚੋਲਾ ਪਾਟਾ ਏ ਅੱਲਾ ਰੱਖਿਆ ਏ ਇਸ਼ਕ ਦੀ ਸੂਲੀ ਤੂੰ ਮਸੈਂ ਯਾਰ ਬਚਾਇਆ ਗਾਟਾ ਏ ਕਈ ਵਾਰ ਜ਼ੁਲੇਖਾ ਜੱਟ ਕੀ ਤਿੰਨ ਸਾਡਾ ਕਈ ਵਾਰੀ ਚੋਲਾ ਪਾਟਾ ਏ ਇੱਕ ਨਾ ਹਾਈ ਹਾਂ ਇਚ ਨਕਸ਼ ਵਧਾ ਉਸ ਨਾਂ ਤੇ ਮਾਰਿਆ ਕਾਟਾ ਏ ਡੱਲੀ ਉਮਰ ਚ ਸ਼ੌਕ ਮੁਹੱਬਤਾਂ ਦੇ ਅਲਤਾਫ ਕਰੋੜ ਦਾ ਘਾਟਾ ਏ ਆਖਰੀ ਦੌੜਾ ਜੀ ਹਤਮੀ ਤੌਰ ਤੇ ਮੇਰਾ ਅਜ਼ੀਜ਼ ਬੈਠਾ ਕਾਵਿਸ਼ ਮੈਂ ਉਹਨੂੰ ਰਿਕੁਐਸਟ ਕਰਦਾ ਪਿਆ ਮੇਰੀ ਕਮੀ ਵੀ ਪੂਰੀ ਕਰੇ ਸੀ ਮੈਂ ਜ਼ਿੰਦਗੀ ਚ ਇਤਨੇ ਦੌੜੇ ਕਦੀ ਨਹੀਂ ਸੁਣਾਏ ਤੇ ਨਾ ਪੜਿਆ ਹੈ ਇਹ ਮੇਰਾ ਰਿਕਾਰਡ ਏ ਇਹ ਤੁਹਾਡੀਆਂ ਮੁਹੱਬਤਾਂ ਮੈਂ ਤਾਮੇਲ ਕਰਨਾ ਗਾ ਮੇਰੇ ਇੱਕ ਅਜ਼ੀਜ਼ ਹੁਕਮ ਦਿੱਤਾ ਹੈ ਦੌੜੇ ਦਾ ਕਿ ਬਸ ਰੱਬ ਅਲਤਾਫ ਚਾ ਭਰਮ ਬਣਾਇਆ ਹੈ ਅਸੀਂ ਕਿਤੇ ਕੋਈ ਗਾਲਿਬ ਮੀਰ ਆਏ ਬਸ ਰੱਬ ਅਲਤਾਫ ਚਾ ਭਰਮ ਬਣਾਇਆ ਹੈ ਅਸੀਂ ਕਿਤੇ ਕੋਈ ਗਾਲਿਬ ਮੀਰ ਆਏ ਸਾਡਾ ਵਸਦਿਆਂ ਨਾਲ ਵਸੇਰਾ ਨਹੀਂ ਅਸੀਂ ਉਜੜਿਆਂ ਦੀ ਜਾਗੀਰ ਆਏ ਜਿੰਨਾ ਵੰਡਿਆ ਏ ਫੈਜ਼ ਤੇ ਦੱਸਿਆ ਨਹੀਂ ਅਸੀਂ ਉਹ ਗੁਮਨਾਮ ਫਕੀਰ ਆਏ ਇੱਕ ਤੋਂ ਨਹੀਂ ਮੰਨਿਆ ਕੀ ਫਰਕ ਏ ਅਸੀਂ ਸਾਹਿਜੇ ਮੁਲਕ ਦੇ ਪੀਰ ਆਏ ਮੈਂ ਤਾਮੇਲ ਕਰਨਾ ਮੈਂ ਸੁਣਨਾ ਜੀ ਮੈਂ ਸੁਣਨਾ ਬੈਣੀਵਾਲ ਸਾਹਿਬ ਉਹਨਾਂ ਦਾ ਹੁਕਮ ਹੈ ਕਿਰਦਾਰ ਦੀ ਫਸਲ ਦਾ ਕਣ ਘਟਿਆ ਗਈਆਂ ਭੁਰ ਬਖਤਾਂ ਦੀਆਂ ਸਿੱਟੀਆਂ ਕਿਰਦਾਰ ਦੀ ਫਸਲ ਦਾ ਕਣ ਘਟਿਆ ਗਈਆਂ ਭੁਰ ਬਖਤਾਂ ਦੀਆਂ ਸਿੱਟੀਆਂ ਜਿੰਨਾ ਬੋੜਿਆ ਨਾ ਪਿਓ ਦਾਦੇ ਦਾ ਮੇਰੇ ਸਾਹਮਣੇ ਨਸਲਾਂ ਫਿੱਟੀਆਂ ਕਈ ਲੇਖ ਦੀ ਪੀਹ ਚ ਰਗੜੇ ਗਏ ਕਈ ਜਾਣ ਕੇ ਕੱਢ ਗਏ ਚਿੱਟੀਆਂ ਅਲਤਾਫੇ ਰਸ਼ਬੇ ਲੋੜਿਆਂ ਦਾ ਬੰਦੇ ਕੰਮ ਦੇ ਖਾ ਗਈਆਂ ਮਿੱਟੀਆਂ ਰਫੀਕ ਵੈਣੀਵਾਲ ਪੀਰ ਜ਼ੈਨ ਸ਼ਾਹ ਉਹਨਾਂ ਦੇ ਹੁਕਮ ਤੇ ਦੁਬਾਰਾ ਦੌੜਾ ਪਿਆ ਪੜਨਾ ਬ ਕਿਰਦਾਰ ਦੀ ਫਸਲ ਦਾ ਕਣ ਘਟਿਆ ਗਈਆਂ ਭੁਰ ਬਖਤਾਂ ਦੀਆਂ ਸਿੱਟੀਆਂ ਜਿੰਨਾ ਬੋੜਿਆ ਨਾ ਪਿਓ ਦਾਦੇ ਦਾ ਮੇਰੇ ਸਾਹਮਣੇ ਨਸਲਾਂ ਫਿੱਟੀਆਂ ਕਈ ਲੇਖ ਦੀ ਪੀਹ ਚ ਰਗੜੇ ਗਏ ਕਈ ਜਾਣ ਕੇ ਕੱਢ ਗਏ ਚਿੱਟੀਆਂ
ਅਲਤਾਫ ਰਸ਼ਬੇ ਲੋੜਿਆਂ ਦਾ ਬੰਦੇ ਕੰਮ ਦੇ ਖਾ ਗਈਆਂ ਮਿੱਟੀਆਂ। ਸੈਯਦ ਬਾਦਸ਼ਾਹ ਸ਼ਰਾਜੀ ਸਾਹਿਬ ਉਹਨਾਂ ਦਾ ਹੁਕਮ ਹੈ, ਮੇਰੇ ਭਾਈ ਅਸਮਤੁੱਲਾ ਸਗਲਾ ਸਾਹਿਬ ਇੱਕ ਪੁਰਾਣਾ ਸ਼ੇਰ